ਸਸਿਕਾ ਗਲੀ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫੇ ਤੁਹਾਡੇ ਸਾਰਿਆਂ ਵਾਸਤੇ ਟੋਟਲ ਡਿਫਰੈਂਟ ਵਾਇਰਿਟੀ ਲੈ ਕੇ ਆਏ ਆ ਜੀ ਅੱਜ ਅਸੀਂ ਤੁਹਾਨੂੰ ਸੈਮੀ ਸਟਿਚ ਚ ਰੈਡੀ ਮੇਡ ਦੇ ਵਿੱਚ ਕਨਸੈਪਟ ਦਿਖਾਉਣ ਜਾ ਰਹੇ ਹਾਂ ਤਕਰੀਬਨ 21 ਦੇ ਆਸ-ਪਾਸ ਪੀਸ ਤੁਹਾਨੂੰ ਦਿਖਾਵਾਂਗੇ ਸਾਰੇ ਬਿਲਕੁਲ ਲੇਟੈਸਟ ਆਰਟੀਕਲ ਨੇ ਇਹਦੇ ਵਿੱਚ ਕੁਝ ਸੈਮੀ ਸਟਿਚ ਨੇ ਕੁਝ ਰੈਡੀ ਮੇਡ ਨੇ ਤੇ ਜਿਹੜੇ ਆਲਮੋਸਟ ਸੈਮੀ ਸਟਿਚ ਆ ਉਹਨਾਂ ਦਾ ਕਿਸੇ ਨਾ ਪਲਾਜ਼ਾ ਪਲਾਜ਼ੋ ਸਟਿਚ ਹੋਏਗਾ ਕਿਸੇ ਨਾ ਸ਼ਰਾਰਾ ਕਿਸੇ ਨਾ ਗਰਾਰਾ ਤੇ ਇਸ ਤਰ੍ਹਾਂ ਹੀ ਰੈਡੀमेड ਦੇ ਨਾਲ ਹੋਣਗੇ ਇਹ ਤੁਹਾਨੂੰ ਸਾਰੀ ਕਲੈਕਸ਼ਨ ਜੋ ਤੁਹਾਡੇ ਕੋਲ ਨਵਾਂ ਡੇਲੀ ਆਂਦਾ ਅਸੀਂ ਉਹ ਨਾਲ-ਨਾਲ ਵੀਡੀਓ ਦੇ ਵਿੱਚ ਪਾਉਂਦੇ ਆ ਫੇਸਬੁੱਕ ਦੇ ਉੱਤੇ ਜੀ ਤੇ ਇਹਨਾਂ ਵਾਸਤੇ ਤੁਸੀਂ ਸਾਡੇ ਨੰਬਰ ਨੇ ਉਹ ਇੱਕ ਵਾਰੀ ਨੋਟ ਕਰ ਲਓ ਪਲੀਜ਼ ਇਹ ਤਿੰਨ ਨੰਬਰ ਨੇ ਸਾਡੇ ਸਟੋਰ ਦੇ ਇਹਨਾਂ ਤਿੰਨਾਂ ਨੰਬਰਾਂ ਤੇ ਵਟਸਐਪ ਚੱਲਦਾ ਜੀ ਤੁਹਾਨੂੰ ਜੋ ਵੀ ਚੰਗਾ ਲੱਗਦਾ ਤੁਸੀਂ ਇਹਨਾਂ ਤਿੰਨਾਂ ਨੰਬਰਾਂ ਚੋਂ ਕਿਸੇ ਵੀ ਇੱਕ ਨੰਬਰ ਤੇ ਦੋ ਨੰਬਰ ਤੇ ਤਿੰਨ ਨੰਬਰ ਤੇ ਕਿਸੇ ਵੀ ਨੰਬਰ ਉੱਤੇ ਪਿਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਕਮਲਦੇਵ ਜੀ ਸੱਸੀ ਕਾਲ ਜੀ, ਰੁਚੀ ਸੱਸੀ ਕਾਲ ਜੀ, ਨਵੀ ਸੱਸੀ ਕਾਲ ਜੀ, ਗੁਰਪ੍ਰੀਤ ਸੱਸੀ ਕਾਲ ਜੀ, ਸੁਮਨ ਜੀ ਸੱਸੀ ਕਾਲ। ਲਓ ਜੀ ਇਹ ਨੰਬਰ ਤੁਸੀਂ ਨੋਟ ਕਰੋ। ਵੀਡੀਓ ਸ਼ੁਰੂ ਕਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਰਿਹਾ ਸੀ ਜੀ ਇਸ ਦਾ ਸਕਰਟ ਦੇ ਵਿੱਚ ਆਈਟਮ ਆਈ ਹੈ ਜੀ। ਦੇਖੋ ਡਿਜ਼ਾਈਨਿੰਗ ਤੁਹਾਨੂੰ ਸਾਰੀ ਬਿਲਕੁਲ ਲੇਟੈਸਟ ਮਿਲੇਗੀ ਰੇਲੀ। ਇਹ ਪੂਰੀ نیچے ਸਕਰਟ ਦੇ ਉੱਤੇ ਐਮਬਰਾਇਡਰੀ ਆਏਗੀ نیچے ਪਹਿਲਾਂ ਇਸ ਤਰ੍ਹਾਂ ਬਾਰਡਰ ਆਏਗਾ ਚਾਰ ਲਾਈਨਾਂ ਦਾ ਇਹ ਕਲੀਆਂ ਨੇ ਸਾਰੀਆਂ ਇਸ ਤਾਂ ਜਿਹੜੀਆਂ ਕਲੀਆਂ ਦੇ ਵਿੱਚ ਇਸ ਤਾਂ ਜੁਆਇੰਟ ਆ ਇਹ ਨੀਚੇ ਬਾਰਡਰ ਆ ਗਿਆ ਫਿਰ ਉੱਪਰ ਪੂਰੀ ਕਲੀ ਆਏਗੀ ਐਮਬਰਾਇਡਰੀ ਦੀ ਦੋਨਾਂ ਸਾਈਡਾਂ ਉੱਤੇ ਲਾਈਟ ਸੀਕਵੈਂਸ ਆਏਗੀ ਸੈਂਟਰ ਦੇ ਵਿੱਚ ਕਾਪਰ ਕਲੀ ਆਏਗੀ ਇਸ ਤਾਂ ਉੱਪਰ ਬੈਲਟ ਲੈਵਲ ਤੱਕ ਪੂਰੀ ਐਮਬਰਾਇਡਰੀ ਹੈ ਇਸ ਤਾਂ ਹੀ ਫਰੰਟ ਹੈ ਇਸ ਤਾਂ ਹੀ ਸੇਮ ਇਹਦੀ ਬੈਕ ਹੈ ਸਕਰਟ ਦੇ ਉੱਤੇ ਪੂਰੀ ਐਮਬਰਾਇਡਰੀ ਹੈ ਪੂਰੇ ਫਲੇਅਰ ਦੇ ਵਿੱਚ ਐਮਬਰਾਇਡਰੀ ਆਏਗੀ ਜੀ ਇਸ ਤਰ੍ਹਾਂ ਸ਼ਰ ਟੂਟਲ ਦੈਨ ਰਾਏ ਕੀ ਨੀਚੇ ਆ ਗਈ ਰੇ ਸਮੋਸਾ ਲਿਸ ਉੱਪਰ ਇਸ ਤਾਂ ਕੁਰਤਾ ਪੱਟੀ neck ਆਏਗਾ ਇਹਦੇ ਤੇ ਟੂਟਲ ਸਾਰਾ ਹੈਂਡਵਰਕ ਹੈ ਦਬਕੇ ਦਾ ਕੰਮ ਹੈ ਕੁੰਦਨ ਦਾ ਕੰਮ ਹੈ ਸਟੋਨ ਦਾ ਕੰਮ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਿਓਲ ਸਾਹਿਬ ਸਤਿ ਸ੍ਰੀ ਅਕਾਲ ਤੇ ਇਸ ਤਾਂ ਹੀ ਨਾਲੇ ਬਾਜੂ ਦਾ ਹੋੜੜੇ ਸਲੀਵਸ ਇਹ ਲਾਈਮ ਗ੍ਰੀਨ ਕਲਰ ਹੈ ਜੀ ਪਿਓਰ ਜਾਰਜਟ ਤੇ ਆ ਔਰ ਦੁਪੱਟਾ ਵੀ ਇਹਦਾ ਜਾਰਜਟ ਦੇ ਵਿੱਚ ਆਏਗਾ ਇਸ ਤਰ੍ਹਾਂ ਦੁਪੱਟਾ ਪਿਓਰ ਦੇ ਵਿੱਚ 4 ਸਾਈਡ ਦੁਪੱਟੇ ਦੇ ਵਿੱਚ ਐਮਬਰਾਇਡਰੀ ਹੈ ਆ ਦੇਖੋ ਸਾਰੀ ਐਮਬਰਾਇਡਰੀ ਹੈ ਪੈਚ ਨਹੀਂ ਕੀਤਾ ਸਾਰੀ ਐਮਬਰਾਇਡਰੀ ਹੈ ਵਿੱਚ ਇਹਦੇ ਤਿੰਨ ਤਿੰਨ ਬੂਟੀਆਂ ਤੇ ਆਪਣਾ ਸੀਕਵੈਂਸ ਦਾ ਪੂਰਾ ਜਾਲ ਹੈ ਇਹ ਟੋਟਲ ਸਾਰਾ ਪਿਓਰ ਜਾਰਜਟ ਦੇ ਵਿੱਚ ਹੈ ਲੋਅਰ ਆਪਣਾ ਇਹਦਾ ਹੈਗਾ ਜਿਹੜੀ ਫੁੱਲੀ ਸਟੀਚ ਹੈ ਸ਼ਰਟ ਹੈਗੀ ਸੈਮੀ ਸਟੀਚ ਮਤਲਬ ਸਾਈਜ਼ 38 40 42 44 46 ਆਪਾਂ ਕੋਈ ਵੀ इजीली ਬਣਾ ਸਕਦੇ ਹਾਂ ਇਹ ਚੋਂ ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ ਪਿਓਰ ਚੋਟਡ ਦੇ ਸੈਮੀ ਸਿਚ ਕਨਸੈਪਟ ਆ ਜੀ ਆਈਟਮ ਨੰਬਰ 1 ਪ੍ਰਾਈਸ ਪਏਗਾ 8850 ਰੁਪਏ ਜੀ 8850 ਨੈਕਸਟ ਲੋ ਜੀ ਗੌਰੀ ਸਸਤੀ ਕਾਲ ਜੀ ਸ਼ੁਗਰਵਾਲ ਸਾਹਿਬ ਸਸਤੀ ਕਾਲ ਗੁਰਦੀਪ ਕੌਰ ਜੀ ਸਸਤੀ ਕਾਲ ਜੀ ਥੈਂਕ ਯੂ ਜੀ ਪੂਨਮ ਜੀ ਸਸਤੀ ਕਾਲ ਜੀ ਲੋ ਜੀ ਕਿਆ ਦੇਖੋ ਪ੍ਰਿੰਟਿੰਗ ਦੇ ਵਿੱਚ ਚੀਜ਼ਾਂ ਬਹੁਤ ਸੋਹਣੀ ਆਈਆਂ ਨੇ ਬਹੁਤ ਪਿਆਰੀ ਆਈਟਮ ਹੈ ਇਹ ਆਪਣਾ ਚਨੌਂ ਦੇ ਉੱਤੇ ਆਈਟਮ ਹੈ ਜਿਸ ਤਰ੍ਹਾਂ ਕਿ ਟ੍ਰਿਪਲ ਲੇਅਰ ਦੇ ਵਿੱਚ ਕਨਸੈਪਟ ਆਏਗਾ ਸਾਰਾ ਪਹਿਲਾਂ نیچے ਤਾਂ ਸਾਂ ਸਮੋਸਾ ਲੇਸ ਆਇਆ ਕਿ ਲਾਈਟ ਸਿਲਵਰ ਕਲਰ ਦੇ ਵਿੱਚ ਫਿਰ ਉਹਦੇ ਵਿੱਚ ਬਰਸ਼ਿੰਗ ਆਏਗੀ ਇਸ ਦਾ ਸਕਰਟ ਦੇ ਉੱਤੇ ਫਿਰ ਉਹਦੇ ਉੱਪਰ ਲਾਈਟ ਗੋਟਾ ਪੱਤੀ ਸਿਲਵਰ ਦੇ ਵਿੱਚ ਫਿਰ ਇਸ ਤਾਂ ਹੀ ਉੱਪਰ ਆਏਗੀ ਇੱਕ ਬਾਰਡਰ ਫਿਰ ਨਾਲੇ ਦੇ ਸ਼ਰਟ ਆਏਗੀ ਇਸ ਦਾ ਟੋਟਲ ਬਰਸ਼ਿੰਗ ਇਹ ਪਿਓਰ ਚਿਨੋਨ ਸ਼ਿਫਨ ਫੈਬਰਿਕ ਦਾ ਸਾਰਾ ਇਹਦਾ نیچے ਬਾਰਡਰ ਆ ਗਿਆ ਇਹ ਪ੍ਰਿੰਟਿੰਗ ਆ ਗਈ ਹਲਕਾ ਜਿਹਾ ਨੈਕ ਤੇ ਐਮਬਰਾਇਡਰੀ ਆ ਗਈ ਫੁੱਲ ਬਾਜੂ ਦੀ ਆਪਸ਼ਨ ਹੈ ਦੁਪੱਟਾ ਦਾ ਹੈ ਭਾਈ ਬਹੁਤ ਸੋਹਣਾ ਪੀਸ ਆਇਆ ਲੈ ਬਹੁਤ ਰੀਜ਼ਨੇਬਲ ਚਾ ਪਿਓਰ ਦੇ ਉੱਤੇ ਬਣਿਆ ਸਾਰਾ ਜੀ ਇਹਦਾ ਨਾਲ ਦੁਪੱਟਾ ਪਿਓਰ ਚਨੌਂਚ ਫੋਨ ਦੇ ਵਿੱਚ ਆਈਟਮ ਆ ਸਾਰੀ ਜੀ ਇਹ ਦਿਓ ਜੀ ਪ੍ਰਾਈਸ ਕਿੰਨੇ ਗਿਆ ਬਟੇ ਦਾ ਆਈਟਮ ਨੰਬਰ 2 ਆ ਜੀ ਪ੍ਰਾਈਸ ਇਹਦਾ ਪਵੇਗਾ 5550 ਜੀ ਡਬਲ ਟ੍ਰिपल 550 5550 ਸੈਮੀ ਸਟਿਚ ਹੈ ਲੋਅਰ ਫੁੱਲ ਸਟਿਚ ਹੈ ਸ਼ਰਟ ਦੁਪੱਟਾ ਮਤਲਬ ਸ਼ਰਟ ਤੁਸੀਂ ਆਪਣੀ ਮਰਜ਼ੀ ਨਾਲ ਸਟਿਚ ਕਰਾਣੀ ਹੈ ਦੁਪੱਟਾ ਆਲਮੋਸਟ ਰੈਡੀ ਹੁੰਦਾ ਹੈ ਦਾ ਜੀ ਹਰ ਮੇਲ ਜੀ ਸਤਿ ਸ੍ਰੀ ਅਕਾਲ ਜੀ ਦਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਸਭੀ ਜੀ ਸਤਿ ਸ੍ਰੀ ਅਕਾਲ ਸਿਮ ਜੀ ਸਤਿ ਸ੍ਰੀ ਅਕਾਲ ਜੀ एक अफगानी सलवार के बिल्कुल नवा आर्टिकल आई वाला सभ्यसानचिक कॉन्सैप्ट आइटम आई है देखो कलर मैचिंग कि प्यारी है नीचे बॉटम के उत्त यह अफगानी सलवार है सारी इस तरह ये उपर लाइन आन गई डिजिटल प्योर करेब के उत्ते आर्टल आई जला नीचे पहुंचा बनया है इस तीन शर्ट आएगी नेबी ब्लू कलर की इस कलर की नेबी ब्लू शर्ट आएगी बहुत प्यारी आइटम आई हैली इंडियन करेब आई वाली सारी सिक्सटी ग्राम प्लस होंगी है ਸੂਪਰ ਚੱਕ ਆ ਦੇਖੋ ਸ਼ਰਟ ਓਏ ਹੋਏ ਹੋਏ ਸੁਪਰ ਆਈਟਮ ਇਹ ਨੀਚੇ ਪੂਰਾ ਕੇਰੇ ਤੇ ਕੰਮ ਆ ਗਿਆ ਗੋਟੇ ਦਾ ਲੈਦਰ ਪੱਤੀ ਦਾ ਸ਼ੀਟ ਦਾ ਇਸ ਤਾਈ ਤੇ ਦੁਪੱਟਾ ਆਏਗਾ ਪਿਓਰ ਔਰਗੈਂਜ਼ਾ ਦਾ ਨੇਵੀ ਬਲੂ ਦੇ ਵਿੱਚ ਦੁਪੱਟਾ ਚਾਰੇ ਪਾਸੇ ਬਾਰਡਰ ਆਏਗਾ ਪ੍ਰਿੰਟਿੰਗ ਦਾ ਨਾਲੇ ਸਮੋਸਾ ਲੇਸ ਆਏਗੀ ਆ ਲੋ ਕਾਏਗੀ ਪੂਰੇ ਆਰਟੀਕਲ ਦੀ ਦਿਓ ਜੀ ਪ੍ਰਾਈਸ ਦਿਓ ਸੋ ਭਾਜੀ ਕੀ ਆ ਪਿਓਰ ਕ੍ਰਿਪ ਤੇ ਇਹ ਰੈਡੀ ਮੇਡਾਂ ਬਾਰੇ ਅਨੁਸੂਚਿਤ ਆ ਏ ਆਲਮੋਸਟ ਸਿੱਛਾ ਜੀ ਬਾਕੀ ਅਲਟਰੇਸ਼ਨ ਤੁਸੀਂ ਆਪਣੀ ਮਰਜ਼ੀ ਨਾਲ ਕਰਾ ਸਕਦੇ ਹੋ ਆਈਟਮ ਨੰਬਰ 3 ਹੈ ਜੀ ਪ੍ਰਾਈਸ ਪਏਗਾ 6750 7650 ਰੁਪਏ ਜੀ ਸਤਿ ਸ਼ਕਾਲ ਜੀ ਅਮਰਦੀ ਸਤਿ ਸ਼ਕਾਲ ਜੀ ਬੀਜੇ ਜੀ ਹੈਲੋ ਜੀ ਹਰਜਿੰਦਰ ਕਾਲ ਜੀ ਸਤਿ ਸ਼ਕਾਲ ਜੀ ਸਤਿਨਾਮ ਜੀ ਸਤਿ ਸ਼ਕਾਲ ਜੀ ਨੀਸ਼ਾ ਸਿੰਘ ਜੀ ਸਤਿ ਸ਼ਕਾਲ ਬਿਰਦੀ ਸਾਹਿਬ ਸਤਿ ਸ਼ਕਾਲ ਪੂਜਾ ਜੀ ਸਤਿ ਸ਼ਕਾਲ ਜੀ ਲੋ ਜੀ ਕੈਚ ਦੇਣਾ ਇਹ ਸ਼ਰਾਰਾ ਆਏਗਾ ਸਾਰਾ ਕਲੀਆਂ ਵਾਲਾ ਕਲਰ ਮੈਚਿੰਗ ਦੇਖੋ ਤੁਸੀਂ ਡਾਰਕ ਗ੍ਰੀਨ ਕਲਰ ਹੈ ਸੁਪਰ ਆਈਟਮ ਇਹਦੇ ਸਾਰਾ نیچے ਰੇਸ਼ਮ ਦਾ ਕੰਮ ਹੈ। ਉਹਦੇ ਉੱਪਰ ਹਲਕੀ-ਹਲਕੀ 0 ਨੰਬਰ ਦੀ ਸੀਕੁਐਂਸ ਹੈ। ਇਹ ਪੂਰੀ ਸ਼ਰਟ ਦਾ ਇਸ ਤਾ ਬਾਰਡਰ ਆਏਗਾ। ਸੌਰੀ نیچے ਨਾ ਸ਼ਾਰਰੇ ਦਾ। ਪੂਰੀ ਐਮਬਰਾਇਡਰੀ ਸ਼ਰਟ ਕੋਲ ਭਾਜੀ। ਸ਼ਾਰਟ ਨਾਰਕਲੀ ਦੇ ਵਿੱਚ ਬਿਲਕੁਲ ਐਕਸਕਲੂਸਿਵ ਟੇਸਟ ਇਹਦੇ ਵਿੱਚ ਦੋ ਕਲੀਆਂ ਨੇ। ਇੱਕ ਲਾਈਟ ਕਲਰ ਦੀ ਕਲੀ ਹੈ, ਇੱਕ ਬਾਟਮ ਵਾਲੇ ਕਦਰ ਦੀ ਕਲੀ ਹੈ। ਇਹ ਪੂਰੀ ਕਲੀ ਆ ਗਈ ਗ੍ਰੀਨ ਵਾਲੀ। ਇੱਕ ਲਾਈਟ ਗ੍ਰੀਨ ਕਲੀ ਆ ਗਈ। ਉੱਪਰ ਤੱਕ ਕਲੀਆਂ ਨੇ ਸ਼ੋਲਡਰ ਤੱਕ ਫਿਰ ਇਹਦੇ neck ਉੱਤੇ ਸਾਰਾ ਉਹਦੇ ਨੂੰ ਕੜਦਾਨੇ ਦਾ ਵਾਈਟ ਪਰਲ ਦਾ ਤੇ ਸੀਕੁਐਂਸ ਦਾ ਕੰਮ ਆਏਗਾ ਸਾਰੀ ਇਸ ਦਾ ਪਰ ਇਹਦੇ ਵਿੱਚ ਖਾਸਿਤ ਕੀ ਹੈ ਕਿ ਸੇਮ ਇਹਦੀ ਬੈਕ ਤੇ ਵੀ ਐਮਬਰਾਇਡਰੀ ਆਏਗੀ ਇਹ ਸ਼ਾਰਟ ਅਨਰਕਲੀ ਹੈ ਪੈਪਲਮ ਨਹੀਂ ਹੈ ਸ਼ਾਰਟ ਅਨਰਕਲੀ ਦਾ ਨਾਲ نیچے ਪੂਰਾ ਫੁੱਲੀ ਸਟੀਚ ਚਾਹੀਏ ਹੈ ਸ਼ਰਾਰਾ ਔਰ ਇਹਦਾ ਪ੍ਰਾਈਸ ਦੇਖੋ ਕਿੰਨੇ ਲਈ ਹੈ ਪਿਓਰ ਚਨਾਉਨ ਸ਼ਫੌਨ ਦੇ ਉੱਤੇ ਹੈ ਟੋਟਲ ਸਾਰਾ ਮਲਟੀ ਹੈਡ ਦਾ ਕੰਮ ਹੈ ਫਿਰ ਦੁਪੱਟਾ ਚਾਰੇ ਪਾਸੇ ਐਮਬਰਾਇਡਰੀ ਹੈ ਉਹਦੇ ਤੇ ਬੁਟੀ ਆ ਟੋਟਲ ਫੈਬਰਿਕ ਚਰੋਂਚ ਪਾਉਂਦਾ ਸਿਚਿੰਗ ਕਰਾਈਏ ਤੇ ਮੇਰੇ ਖਿਆਲ ਸਿਚਿੰਗ ਕੀ ਕਾਫੀ ਮਹਿੰਗੀ ਪੈਣੀ ਆ ਪਰ ਉਹਦੀ ਖੁਸ਼ੀ ਸਸਤੀ ਕਾਲ ਜੀ ਹਾਂ ਜੀ ਮੌਣੀ ਸਸਤੀ ਕਾਲ ਜੀ ਮੌਣੀ ਕਾ ਸਸਤੀ ਕਾਲ ਹੋ ਜੀ ਪ੍ਰਾਈਸ ਦੇਖੋ ਕੀ ਨਿਕਲਿਆ ਆਈਟਮ ਨੰਬਰ 4 ਆ ਸਿਰਫ 8400 ਰੁਪਏ ਨਿਕਲਿਆ ਇਹਦਾ 8400 ਵੈਰੀ ਗੁੱਡ ਪੂਰਾ ਫਰੰਟ ਏمبرਾਈਡਡ ਆ ਬੈਕ ਆ ਫੁੱਲ ਦੁਪੱਟਾ ਦੋਤੀ ਕੀ ਹੈ ਦੇਖੋ ਸਲਵਾਰ ਦੇ ਵਿੱਚ ਹੀ ਆਇਟਮ ਆ ਗਈ ਇਹ ਅੱਜ ਕੱਲ ਸਲਵਾਰ ਕਾਫੀ ਆ ਰਹੀ ਹੈ ਇਸ ਤਰ੍ਹਾਂ ਇਹ ਸਟੇਟ ਸਵਾਰ ਹੁੰਦੀ ਹੈ ਬਹੁਤ ਐਕਸਟਰਾ ਪਟਿਆਲਾ ਨਹੀਂ ਹੁੰਦੀ ਇਹ ਨੀਚੇ ਪੂਰੀ ਐਮਬਰਾਇਡਰੀ ਹੈ ਸਕਿਨ ਕਲਰ ਦਾ ਬੇਸ ਹੈ ਚਰਨ ਚੋਂ ਦਾ ਪੂਰੇ ਤੇ ਬਲੈਕ ਕਲਰ ਦੀ ਐਮਬਰਾਇਡਰੀ ਸਾਰੀ ਆਹ ਬਲੈਕ ਕੀ ਨਾ ਜੀ ਬਲੈਕ ਕਲਰ ਦੀ ਐਮਬਰਾਇਡਰੀ ਹੈ ਨਾਲ ਨਾਲ ਸਿੱਪੀ 0 ਨੰਬਰ ਦੀ ਪੂਰੀ ਪੌਂਚੇ ਤੇ ਕੰਮ ਆਏਗਾ ਇਸ ਤਰ੍ਹਾਂ ਸ਼ਰਟ ਦਾ ਹੋ ਪਾ ਜੀ ਸ਼ਰਟ ਦੇ ਨੀਚੇ ਸਕੈਲਪਿੰਗ ਹੈ ਵਿਦ ਟਸਲ ਇਹ ਸਾਰੀ ਸਕੈਲਪਿੰਗ ਹੈ ਸੇਮ ਸ਼ਰਟ ਕਰਦੇ ਆਪਣਾ ਸਕਿਨ ਕਲਰ ਦੀ ਹੈ ਇਹ ਤਾਂ ਵੀ ਬਲੈਕ ਐਮਬਰਾਇਡਰੀ ਹੈ 슬릿 ਲੈਵਲ ਤੇ ਕੰਮ ਆਏਗਾ ਘੇਰੇ ਤੇ ਕੰਮ ਆਏਗਾ ਤੇ ਉੱਪਰ ਆਏਗਾ ਨੈੱਕ ਦੇ ਉੱਤੇ ਕੰਮ ਸਾਰਾ ਇਹਦੇ ਵਿੱਚ ਆ ਦੇਖੋ ਚਾਕਾਂ ਦੇ ਬੈਕ ਤੇ ਵੀ ਹੈ ਔਰ ਫਰੰਟ ਤੇ ਵੀ ਹੈ ਇਹਦੇ ਫੁੱਲ ਬਾਜ਼ੂ ਹੈ ਦੁਪੱਟਾ ਅਲਟੀਮੇਟ ਹੈ ਦੁਪੱਟਾ ਪੂਰੀ ਸਕੈਲਪਿੰਗ ਹੈ ਦੇਖੋ ਇਸ ਤਰ੍ਹਾਂ ਹੀ ਲੈਨਤ ਵਾਲੀ ਸਾਈਡ ਤੇ ਸਕੈਲਪਿੰਗ ਹੈ ਤੇ ਦੋ ਸਾਈਡਾਂ ਤੇ ਸਟੇਟ এমਬਰਾਇਡਰੀ ਹੈ ਬਤ ਪੂਰਾ ਸਟਾਰ ਬੂਟੀ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਇਹਦੀ ਸਕਿਨ ਐਂਡ ਬਲੈਕ ਦੇ ਵਿੱਚ ਇਹ ਵੀ ਆਲਮੋਸਟ ਸਟੀਚ ਆ ਬਾਕੀ ਤੁਸੀਂ ਅਲਟਰੇਸ਼ਨ ਆਪਣੀ ਟੇਲਰ ਤੋਂ ਕਰਾ ਸਕਦੇ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਰਜਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਆਈਟਮ ਨੰਬਰ ਇਹ 5 ਜੀ ਦਾ ਪ੍ਰਾਈਸ ਪਏਗਾ ਆਪਾਂ ਨੂੰ 6750 ਸੁਖਬੀਰ ਕੌਰ ਜੀ ਸਤਿ ਸ੍ਰੀ ਅਕਾਲ ਜੀ ਸ਼ਿਖਾਈ ਸਤਿ ਸ੍ਰੀ ਅਕਾਲ ਲੋਜੀਕ ਹੈ ਗਰਾਰੇ ਦੇ ਵਿੱਚ ਬੜਾ ਕਨਸੈਪਟ ਆਇਆ ਗਰਾਰੇ ਦੇ ਵਿੱਚ ਆਈਟਮ ਸਾਡੀ ਕਾਫੀ ਸੇਲ ਹੁੰਦੀ ਹੈ ਅੱਜ ਮੇਰੇ ਖਿਆਲ 20-25 ਦਿਨਾਂ ਬਾਅਦ ਮਾਲ ਆਇਆ ਰਾਮਾ ਗ੍ਰੀਨ ਕਲਰ ਹੈ ਇੱਥੇ ਸਕਿਨ ਕਲਰ ਦੀ ਐਮਬਰਾਇਡਰੀ ਹੈ ਚੀਕੂ ਕਲਰ ਦੀ ਫੁੱਲੀ ਸਟਿਚ ਹੈ ਵੀਜੀ ਬੂਟੀ ਆਏਗੀ ਕਨਸੈਪਟ ਸਾਰਾ ਹੈ ਇਹ ਗਰਾਰਾ ਆਏਗਾ ਥਾਈ ਤੇ ਜੋਇੰਟ ਆਏਗਾ ਇਹਦੇ ਸਹੀ ਤੇ ਨਾਲ ਇਹਦੇ ਸਤੇ ਹੀ ਆਏਗੀ ਸ਼ਰਟ ਕੈਪਲਮ ਦੇ ਵਿੱਚ ਸ਼ਰਟ ਆ ਮਾ ਦੇਖੋ ਪੂਰੀ ਫੁੱਲੀ ਸਟਿਚ ਹੈ نیچے ਬਾਰਡਰ ਆ ਗਿਆ ਫਰੰਟ ਤੇ ਵੀ ਔਰ ਬੈਕ ਤੇ ਵੀ ਜੋ ਕੰਮ ਫਰੰਟ ਤੇ ਹੈ ਕੋਈ ਸੇਮ ਕੰਮ ਇਹਦੇ ਬੈਕ ਤੇ ਹੈ ਆ ਦੇਖੋ ਫਰੰਟ ਉੱਤੇ ਇਸ ਤਰ੍ਹਾਂ ਬਾਰਡਰ ਆ ਗਿਆ ਸੈਂਟਰ ਦੇ ਵਿੱਚ ਨੈਕ ਸੈਟਿੰਗ ਦੇ ਵਿੱਚ ਸਟਮਿਕ ਤੋਂ نیچے ਫਲੇਅਰ ਆ ਗਿਆ ਫੁੱਲ ਬਾਜ਼ੂ ਆ ਕੀ ਰਾਮਾ ਗ੍ਰੀਨ ਕਲਰ ਹੈ ਚਰੋਨਚ ਫੋਨ ਦਾ ਫੈਬਰਿਕ ਹੈ ਫੁੱਲੀ ਸਟਿਚ ਕਨਸੈਪਟ ਹੈ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੇ ਚਾਰੇ ਪਾਸੇ ਐਮਬਰਾਇਡਰੀ ਹੈ ਵਿੱਚ ਖਲੀ ਬੂਟੀ ਆਏਗੀ ਦੀ ਉਹ ਜਿਆ ਲੁੱਕ ਆਏਗੀ ਰਾਮਾ ਗ੍ਰੀਨ ਹੈ ਔਰ ਬਹੁਤ ਰਿਸਨੇਬਲ ਹੈ ਸਿਰਫ 5030 ਦਾ ਪੀਸ ਨਿਕਲਦਾ ਇਹਦਾ ਪੂਰਾ ਫੈਬਰਿਕ ਵੀ ਬਹੁਤ ਫਾਈਨ ਹੈ ਐਮਬਰਾਇਡਰੀ ਉੱਤੇ ਬਹੁਤ ਅੱਛੀ ਕੀਤੀ ਹੈ ਫਿਰ ਵੱਡੀ ਗੱਲ ਹੈ ਕਿ ਇਹ ਫੁੱਲੀ ਸਟਿਚ ਕਨਸੈਪਟ ਹੈ ਨੈਕ ਚਲੋ ਜੀ ਲੋਜੀਕ ਆ ਪ੍ਰਿੰਟਿੰਗ ਦੇ ਵਿੱਚ ਕਨਸੈਪਟ ਹੈ ਡਿਜੀਟਲ ਦੇ ਵਿੱਚ ਆਈਟਮ ਆਈ ਆਲੀ ਇਹ ਪਿਓਰ ਮਸ਼ੀਨ ਦੇ ਉੱਤੇ ਪ੍ਰਿੰਟਿੰਗ ਸਾਰੀ ਚੱਲੀ ਸੱਭਿਆ ਸਾਂਚੀ ਕਨਸੈਪਟ ਐਕਚੁਅਲੀ 18000 20000 ਤੋਂ ਰੇਨ ਸ਼ੁਰੂ ਹੁੰਦੀ ਐ ਅਸੀਂ ਥੋੜੇ ਜਿਹਾ ਲਾਈਟਰ ਰੇਂਜ ਦੇ ਵਿੱਚ ਤਿਆਰ ਕਰਾਣਿਆਂ ਨੂੰ ਪਿਓਰ ਮਸ਼ੀਨ ਦਾ ਇਹ ਨੀਚੇ ਘਰਾਰਾ ਹੀ ਐਲਾ ਆ ਦੇਖੋ ਉਪਰੋਂ ਬੈਲਟ ਤੋਂ ਸ਼ੁਰੂ ਕਰਦੇ ਆ ਓਪਨ ਘਰਾਰਾ ਥਾਈ ਦੇ ਉੱਤੇ ਬਾਰਡਰ ਆ ਗਿਆ ਨੀਚੇ ਬਾਰਡਰ ਦੇ ਵਿੱਚ ਇਸ ਤਾਂ ਪਹੁੰਚੇ ਤੇ ਪ੍ਰਿੰਟਿੰਗ ਆਏਗੀ ਉਪਰ ਤੇ ਹਾਈਲਾਈਟਿੰਗ ਆਏਗੀ ਨੀਚੇ ਕੰਟਰਾਸਟ ਆਏਗਾ ਨੇਵੀ ਬਲੂ ਨੀਚੇ ਫਿਰ ਰਾਮ গ্রেভ রোজী 컬러 ਦਾ ਨੀਚੇ ਬોર્ਡਰ ਆਏਗਾ ਇਹ ਆਏਗਾ ਨੀਚੇ ਗਰਾਰੇ ਤੇ ਪੂਰੀ ਐਮਬਰਾਇਡਰੀ ਹੈ ਪ੍ਰਿੰਟਿੰਗ ਹੈ ਇਹ ਮਿਕਸ ਐਂਡ ਮੈਚ ਹੈ ਬਲੂ ਆ ਲਾਈਟ ਬਲੂ ਲਾਈਟ ਬਲੂ ਆ ਗਿਆ ਨੇਵੀ ਬਲੂ ਆ ਗਿਆ ਨੀਚੇ ਫਿਰ ਕੰਟਰਾਸਟ 컬러 ਆ ਗਈ ਜਿਹੜੀ ਸ਼ਰਟ ਆਏਗੀ ਉਹ ਤਾਣਾ 바ਣਾ ਦੀ ਆਏਗੀ ਨਾਲੇ ਦੀ ਪਿਓਰ ਬਨਾਰਸੀ ਵੀਵਿੰਗ ਦੀ ਸ਼ਰਟ ਹੈ ਤਾਣਾ 바ਣਾ ਦੇ ਵਿੱਚ ਸਾਰੀ ਨਾ ਬੋਬਨ ਦਾ ਕਨਸੈਪਟ ਆ ਨੀਚੇ ਲਾਈਨਿੰਗ ਲੱਗੀ ਹੁੰਦੀ ਹੈ ਪੂਰੇ ਚਾਕਾਂ ਤੇ ਐਮਬਰਾਇਡਰੀ ਆਈਗੀ ਤੇ ਔਰ ਨੈਕ ਦੇ ਉੱਤੇ ਪੂਰੀ ਹਸਤਾ ਸਾਰੀ ਪਹਿਲਾਂ ਤਾਂ ਵੀਵਿੰਗ ਹੈ ਫਿਰ ਉੱਪਰ ਨੈਕ ਦੇ ਕੁੰਦਨ ਦੀ ਐਮਬਰਾਇਡਰੀ ਆ ਇਹ ਬਹੁਤ ਮਤਲਬ ਬਹੁਤ ਕੁਆਂਟੀਟੀ ਜਾਂਦੀ ਜੀ ਬਹੁਤ ਸੋਹਣੇ ਪੀਸ ਅਸੀਂ ਵੀ ਛਾਂਟ ਕੇ ਲੈ ਕੇ ਆਈਦੇ ਨੇ ਐ ਭਾਜੀ ਦੁਬੱਟਾ ਖੋਲੋ ਜਰਾ ਇਹਦਾ ਨੇਵੀ ਬਲੂ ਦੇ ਨਾਲ ਇਹ ਫਰੋਜ਼ੀ ਕੰਟਰਾਸਟ ਹੈ ਇਹ ਗ੍ਰੇ ਫਰੋਜ਼ੀ ਬਹੁਤ ਸੋਹਣਾ ਕੰਟਰਾਸਟ ਹੈ ਇਹ ਦੇਖੋ ਇਹ ਕੰਟਰਾਸਟ ਕਲਰ ਹੈ ਦੁਬੱਟੇ ਦੇ ਚਾਰੇ ਪਾਸੇ ਬਾਰਡਰ ਹੈ ਪ੍ਰਿੰਟਿੰਗ ਹੈ ਬੂਟੀ ਹੈ ਦੋ ਜੀ ਇਹਦਾ ਪ੍ਰਾਈਸ ਦੱਸੋ ਕੀ ਹੈ ਭਾਜੀ ਦੁਬੱਟਾ ਪੂਰਾ ਖੋਲ ਦੇ ਬਣਾ ਜਰਾ ਦੁਬੱਟਾ ਤਾਂ ਪੂਰਾ ਖੋਲ ਲੈ ਕੋ ਜਰਾ ਦੁਬੱਟਾ ਦਾ ਇਹ ਦੇਖੋ ਇਹ ਪੂਰਾ ਆ ਦੇਖੋ ਦੁਪੱਟਾ ਇਹਦਾ ਜੀ ਕਾਲੀ ਦੁਪੱਟਾ ਲੈਣਾ ਮੇਰੇ ਖਿਆਲ 10-12000 ਤੋਂ ਕੱਲ ਤੁਹਾਨੂੰ ਖਾਲੀਏ ਓੜਨੀ ਨਹੀਂ ਮਿਲਨੀ ਇਹਨੂੰ ਬੋਲਦੇ ਨੇ ਓੜਨੀ ਸਟਾਈਲ ਦੁਪੱਟਾ ਨਾਲ ਇਹਦੇ ਦੇਖੋ ਜੀ ਪ੍ਰਾਈਸ ਕੀ ਲਿਖ ਲਿਆ ਦਾ ਆਈਟਮ ਨੰਬਰ 7 ਹੈ ਜੀ ਇਹਦਾ ਪ੍ਰਾਈਸ ਪੈਗਾ 11310 ਰੁਪਏ ਨੇਹਾ ਜੀ ਸਤਿ ਸ੍ਰੀ ਅਕਾਲ ਜੀ ਗੁਰਮੀਤ ਜੀ ਅਮਨ ਜੀ ਹਰਜਿੰਦਰ ਕੌਰ ਜੀ ਛਾਵੜਾ ਸਾਹਿਬ ਸਤਿ ਸ੍ਰੀ ਅਕਾਲ ਜੀ ਪੂਨਮ ਜੀ ਸਤਿ ਸ੍ਰੀ ਅਕਾਲ ਜੀ ਨਾ ਹੀ ਸਤਿ ਸ੍ਰੀ ਅਕਾਲ ਜੀ ਲੋਜੀਕ ਕੈਚ ਜਾਈਗੀ ਸ਼ਰਾਰੇ ਦੇ ਵਿੱਚ ਐਟਮ ਆਈ ਹੈ ਲਾਈਟ ਪਿਸਤਾ ਕਲਰ ਦਾ ਸ਼ਰਾਰਾ ਹੈਗਾ ਜੀ ਉੱਤੇ ਨੇਚਰਲ ਸਕਿਨ ਕਲਰ ਦੀ ਐਮਬਰਾਇਡਰੀ ਆਈ ਹੈ ਇੱਥੇ ਕਲੀਆਂਾਂ ਆਣੀਆਂ ਹੈ ਉੱਪਰੋਂ ਬੈਲਟ ਤੋਂ ਲੈ ਕੇ ਸਾਰੀਆਂ ਜਿਹਦੇ ਵਿੱਚ ਚਨਾਉਨ ਚਫੋਂ ਦਾ ਫੈਬਰਿਕ ਹੈ ਔਰ ਇੱਥੇ ਪੂਰੀ ਸਕਿਨ ਕਲਰ ਦੀ 골ਡ ਸਕਿਨ ਕਲਰ ਦੀ ਐਮਬਰਾਇਡਰੀ ਹੈ ਇਸ ਤਰ੍ਹਾਂ ਇਹਦੇ ਤੇ ਸਾਰਾ ਨਾਲ ਨਾਲ ਸ਼ੀਸ਼ੇ ਦਾ ਕੰਮ ਹੈ ਪੂਰੀ ਐਮਬਰਾਇਡਰੀ ਹੈ ਬਾਰਡਰ ਆਏਗੀ ਹਲਕਾ ਹਲਕਾ ਨਾਲ-ਨਾਲ ਸ਼ੀਟ ਦਾ ਕੰਮ ਆਏਗਾ ਸਾਰੇ ਇਸ ਤਿਆਂ ਵਿੱਚ ਇਹ ਪੂਰੀ ਲੋਰ ਤੇ ਐਮਬਰਾਇਡਰੀ ਆਏਗੀ ਸਾਰੀ ਹੁਣ ਤੁਹਾਨੂੰ ਖਾਣਾ ਸ਼ਰਟ ਇਹਦੇ ਨਾਲ ਪਿੱਛੇ ਗੇ ਥੋੜੀ ਹੋਰ ਪਿੱਛੇ ਗੇ ਹੋਰ ਪਿੱਛੇ ਗੇ ਬਸ ਆਏਗੀ ਸ਼ਾਰਟ ਵਾਲੀ ਪੂਰਾ ਕਲੀਆਂ ਨੇ ਜਿਹੜੀਆਂ ਇਹ ਨਾਰਮਲ ਲੈਂਥ ਦੇ ਵਿੱਚ ਨਰਕ ਲਈ ਹੈ तकरीबन 38 40 ਦੇ ਆਸ-ਪਾਸ ਹੋਏਗੀ ਪੂਰੀ ਉਹਦੇ ਕਲੀਆਂ ਨੇ ਕਲੀ ਦੇ ਵਿੱਚ ਪੂਰੀ ਐਮਬਰਾਇਡਰੀ ਹੈ ਸੇਮ ਇਹਦੇ ਉੱਪਰ ਨੈਕ ਤੇ ਹੈਂਡਵਰਕ ਕੀਤਾ ਹੋਇਆ ਬੈਕ ਦੇ ਉੱਤੇ ਸਿੰਗਲ ਬਾਰਡਰ ਆਏਗਾ ਮਤਲਬ ਬਹੁਤ ਐਕਸਕਲੂਸਿਵ ਟੇਸ ਹੈ ਜੀ ਕਲਰ ਵੈਚਿੰਗ ਬਹੁਤ ਸੋਹਣੀ ਹੈ ਕੋਈ ਵੀ এজ ਗਰੁੱਪ ਇਹਨੂੰ ਪਾ ਸਕਦਾ ਹੈ ਇਹ ਐਸੀ ਗੱਲ ਨਹੀਂ ਹੈ ਦੁਪੱਟਾ ਲਾਈਟ ਜਿਹਾ ਬਣਿਆ ਹੈ ਲਾਈਟ ਜਿਹਾ ਬਾਰਡਰ ਹੈ ਦੁਪੱਟੇ ਤੇ ਚਰਨਚ ਕੋਲਾ ਫੈਬਰਿਕ ਹੈ ਪੂਰੀ ਬੂਟੀ ਆਹ ਲੋ ਕਾਈ ਕੀ ਪੂਰੇ ਆਰਟੀਕਲ ਦੀ ਆਈਟਮ ਨੰਬਰ 8 ਹੈ ਜੀ ਪ੍ਰਾਈਸ ਪੈਗਾ 6750 ਨੈਕਸਟ ਚਲੋ ਜੀ ਪ੍ਰੀਤੀ ਜੀ ਸਤਿ ਸ਼੍ਰੀ ਅਕਾਲ ਜੀ ਮਹਿਰ ਜੀ ਸਤਿ ਸ਼੍ਰੀ ਅਕਾਲ ਜੀ ਜੋਬਰਾਜ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਵਤਨਪ੍ਰੀਤ ਵੈਰੀ ਗੁੱਡ ਜੀ ਲੋਜੀ ਕਿ ਰੂਬੀ ਕਲਰ ਦੇ ਵਿੱਚ ਆਈਟਮ ਆਈ ਹੈ ਰੂਬੀ ਮਿਦੰਟਰਾ ਕਰ ਰਹੀ ਹੈ ਇਹ ਸ਼ਰਾਰਾ ਆਏਗਾ ਸਾਰਾ ਕਲੀਆਂ ਵਾਲਾ ਇਹਦੇ ਉੱਪਰ ਜਿਹੜੀ ਐਮਬਰਾਇਡਰੀ ਕੀਤੀ ਹੈ ਉਹ ਸੇਮ ਕਲਰ ਦੀ ਐਮਬਰਾਇਡਰੀ ਹੈ ਉਹਦੇ ਉੱਤੇ ਲਾਈਟ 골ਡਨ ਸੀਕਵੈਂਸ ਹੈ ਹਲਕੀ ਜਿਹੀ ਚਮਕ ਹੁੰਦੀ ਹੈ ਮਤਲਬ ਬਹੁਤ ਐਕਸਟਰਾ ਚਮਕ ਸਾਡੇ ਕੋਲ ਵੈਸੇ ਨਹੀਂ ਚੱਲਦੀ ਇਹ ਲਾਈਟ ਜਿਹੀ ਚਮਕ ਹੁੰਦੀ ਹੈ ਪੂਰਾ نیچے ਇਸ ਤਰ੍ਹਾਂ ਲੋਰ ਤੇ ਪੂਰੀ ਐਮਬਰਾਇਡਰੀ ਆਏਗੀ ਸ਼ਰਟ ਆਏਗੀ ਨਾਲ ਇਹਦੇ ਪੈਪਲੋਂ ਦੇ ਵਿੱਚ ਇਸ ਤਰ੍ਹਾਂ ਇਹਦੇ ਵਿੱਚ ਪਿੱਛੇ ਕਰਾਉਣਾ ਜਾਂ ਪਿੱਛੇ ਉੱਪਰ ਕਰ ਬਸ ਇੱਥੇ ਰੱਖ ਆ ਸ਼ਰਟ ਆएगी ਪੈਪਲਮ ਦੀ ਸਾਰੇ ਨਵੇਂ ਆਈਡੀ ਇਹਦੀ ਕਲੀ ਸ਼ੁਰੂ ਦੀ ਸ਼ੋਲਡਰ ਤੋਂ ਹਲਕਾ ਜਿਹਾ ਨੱਕ ਉੱਤੇ ਹੈਂਡਵਰਕ ਹੈ نیچے ਨਾਲ ਨਾਲ ਸਾਰਾ ਰੇਸ਼ਮ ਨਾਲ ਨਾਲ ਸੇਮ ਕਲਰ ਦੀ ਰੇਸ਼ਮ ਨਾਲ ਹਲਕੀ ਜਿਹੀ ਲਾਈਟ 골ਡਨ ਦੀ ਸੀਕਵੈਂਸ ਹੈ ਰੈਡੀ ਟੂ ਵੇਅਰ ਕਨਸੈਪਟ ਹੈ ਦੁਪੱਟਾ ਨਾਲ ਇਹਦੇ ਕੰਟਰਾਸਟ ਆਏਗਾ ਜੀ ਬਹੁਤ ਪਿਆਰਾ ਕਨਸੈਪਟ ਹੈ ਇਹਦਾ ਨਾਲ ਚੀਕੂ ਕਲਰ ਦਾ ਦੁਪੱਟਾ ਆਏਗਾ ਕੰਟਰਾਸਟ ਲਾਈਟ ਐਂਡ ਬ੍ਰਾਈਟ ਦਾ ਕੰਟਰਾਸਟ ਹੈ ਇਹ ਬੱਟੇ ਦੇ ਫੋਰ ਸਾਈਡ embroidery ਹੈ ਵਿੱਚ ਲਾਈਨਾਂ ਨੇ ਪੂਰੀ embroidery ਦੀਆਂ ਆਲੋਕ ਪੂਰੇ ਆਰਟੀਕਲ ਦੀ ਆਏਗੀ ਦਿਓ ਜੀ ਪ੍ਰਾਈਸ ਕਿੰਨੇ ਕਿਲੇ ਬੱਟੇ ਦਾ 9 ਨੰਬਰ ਆਈਟਮ ਹੈ ਜੀ ਪ੍ਰਾਈਸ ਪਏਗਾ ਸਿਰਫ 6000 ਰੁਪਏ ਦਾ ਜੀ ਸਤਿ ਸ਼੍ਰੀ ਅਕਾਲ ਜੀ ਜੈ ਜੀ ਸਤਿ ਸ਼੍ਰੀ ਅਕਾਲ ਜੀ ਸਿਮਰ ਜੀ ਮੰਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੁਹਾਨੂੰ ਰੀਤਾਰੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਸੋਨੀਆ ਜੀ ਸਤਿ ਸ਼੍ਰੀ ਅਕਾਲ ਉਹ ਜਿੱਕਸ ਤਾਂ ਇਹ ਵੀ ਡਬਲ ਪੀਸੀ ਆ ਗਿਆ ਨਹੀਂ ਲੱਗਿਆ ਹਨਾ ਰਾਮਾ ਕਲਰ ਦੇ ਵਿੱਚ ਇੱਕ ਸੈਕੰਡ ਆਰਟੀਕਲ ਹੋਰ ਆ ਗਿਆ ਜੀ ਇਹਲਾ ਇਹ ਵੀ ਸਾਰਾ ਕਲੀਆਂ ਦੇ ਵਿੱਚ ਬਣਿਆ ਸਾਰਾ ਜੀ ਇਸ ਤਾਂ ਇਹ ਤਿੰਨ ਕਲੀਆਂ ਫਰੰਟ ਤੇ ਹੁੰਦੀਆਂ ਤਿੰਨ ਕਲੀਆਂ ਬੈਕ ਤੇ 6 ਕਲੀਆਂ ਦੇ ਵਿੱਚ ਬੰਦਾ ਏ ਇਹ ਸ਼ਰਾਰਾ ਬਣੇਗਾ ਸਾਰਾ ਕਲੀਆਂ ਨਾਲ ਪੂਰੀ embroiderry ਹੈ ਰੇਸ਼ਮ ਦਾ ਕੰਮ ਆਏਗਾ ਸਕਿਨ ਕਲਰ ਦਾ ਜ਼ਿਕਜ਼ੈਗ ਉਹਦੇ ਉੱਤੇ ਸ਼ੀਟ ਦੀ ਸੈਟਿੰਗ ਆਏਗੀ ਫਿਰ ਇਸ ਤਾਂ ਹੀ ਉੱਪਰ ਆਏਗੀ ਇਹਦੇ ਸ਼ਰਟ ਸ਼ਾਰਟ ਸ਼ੱਟ ਤਕਰੀਬਨ 40 ਦੇ ਆਸਪਾਸ ਲੈਂ ਤੁਨੀ 38 40 ਪੂਰੀ ਸ਼ਰਟ ਦਾ ਫਰੰਟ ਆਏਗਾ ਅਸੇਮ ਇਹਦੇ ਬੈਕ ਤੇ ਬਾਰਡਰ ਆਏਗਾ ਸਤਾ ਹੈਵੀ ਬੈਕ ਤੇ ਪ੍ਰੋਪਰ ਬੂਟੀ ਆਏਗੀ ਦੁਪੱਟਾ ਆਏਗਾ ਇਹ ਪਿਓਰ ਕريب ਦੇ ਵਿੱਚ ਕਨਸੈਪਟਾਂ ਨੀਚੇ ਲੋਰ ਤੇ ਸ਼ਰਟ ਜਿਹੜਾ ਦੁਪੱਟਾ ਦਿੱਤਾ ਪਿਓਰ ਚਨੌਂਚ ਫੋਨ ਦਾ ਰਾਮਾ ਗ੍ਰੀਨ ਦੇ ਵਿੱਚ ਹੈ ਲੋਕ ਕਾਇਕੀ ਪੂਰੇ ਆਰਟੀਕਲ ਦੀ ਬਹੁਤ ਹੀ ਐਕਸਕਲੂਸਿਵ ਪੀਸ ਤੁਹਾਨੂੰ ਦਿਖਾ ਰਿਹਾ ਸਾਰੇ ਜਿਲੇ ਟੋਟਲ ਨਵੀਂ ਰੇਂਜ ਆ ਆਈਟਮ ਨੰਬਰ 10 ਹੈ ਜੀ ਪ੍ਰਾਈਸ ਪੈਗਾ 6750 ਕੁਲਦੀਪ ਜੀ ਸਤਿ ਸ੍ਰੀ ਅਕਾਲ ਜੀ ਪੂਰਨ ਜੀ ਸਤਿ ਸ੍ਰੀ ਅਕਾਲ ਜੀ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ ਲੋ ਜੀ ਕਾਹ ਦੇਖੋ ਕੰਟਰਾਸਟ ਓਏ ਹੋਏ ਸੁਪਰ ਕਿਹੜਾ ਕਦਰ ਹੈ ਹੂੰ ਲੋ ਜੀ ਇਹ ਬ੍ਰਾਊਨਿਸ਼ ਕਲਰ ਦੇ ਵਿੱਚ ਆਈਟਮ ਆਏਗੀ ਸਾਰੀ ਇਸ ਤਰ੍ਹਾਂ ਇਹ ਵੀ ਸਲਵਾਰ ਆਏਗੀ نیچے ਸਲਵਾਰ ਦੇ ਉੱਤੇ ਸਾਰਾ ਨਾ ਰੇਸ਼ਮ ਦਾ ਕੰਮ ਦਿੱਤਾ ਸਾਰਾ ਇਸ ਤਰ੍ਹਾਂ ਦੇ ਵਿੱਚ ਇਹ ਸਾਰੀ ਐਮਬਰਾਇਡਰੀ ਆਏਗੀ ਬਾਟਮ ਉੱਤੇ ਇਸ ਤਰ੍ਹਾਂ ਕਿਉਰ ਚਨੌਂ ਦੇ ਉੱਤੇ ਇਹ ਸਾਰਾ ਬਾਟਮ ਤੇ ਮਲਟੀ ਦਾ ਕੰਮ ਹੈ ਦੇਖੋ ਇਹ ਵਿੱਚ ਹੁਣ ਕੋਲੋਂ ਭਾਈ ਸ਼ਰਟ ਪੂਰੀ embroidery shirt ਦੇ ਉੱਤੇ ਸੇਮ ਉਸਤਈ ਬ੍ਰਾਉਨਿਸ਼ ਕਲਰ ਦਾ ਬੇਸ ਹੈ ਔਰ ਇਤੇ ਲਾਈਟ ਸਕਿਨ ਕਲਰ ਦੀ ਕਲੀਆਂ ਨੇ ਇੱਕ ਛੋਟੀ ਕਲੀ ਆਏਗੀ ਇੱਕ ਵੱਡੀ ਕਲੀ ਆਏਗੀ ਸੇਮਬ੍ਰਾਇਡਰੀਸ ਮਤਲਬ ਛੋਟੀ ਵੱਡੀ embroidery ਹੈ ਕਲੀ ਸੇਮ ਹੈ neck ਤੇ ਸਾਰਾ ਹੈਂਡਵਰਕ ਹੈ ਪਰਲ ਦਾ ਕੰਮ ਹੈ ਰੇਸ਼ਮ ਦਾ ਕੰਮ ਹੈ ਤੇ white ਕੜਦਾਨੇ ਦਾ ਕੰਮ ਹੈ ਸਾਰਾ ਇਹਦੇ ਵਿੱਚ ਪਿچھے ਘੇਰੇ ਉੱਤੇ ਫਿਰ ਸੇਮ ਬਾਰਡਰ ਆ ਗਿਆ ਜਿੱਦਾਂ ਸਲਵਾਰ ਦੇ ਪਹੁੰਚੇ ਦਿੱਤਾ ਆ ਪੂਰੀ ਕਲਰ ਦੇ ਵਿੱਚ ਫਿਰ ਬੈਕ ਦੇ ਉੱਤੇ ਸੇਮ ਐਜ਼ ਇਟ ਜਿੱਦਾਂ ਫਰੰਟ ਹੈ ਸੇਮ ਉਸਤਈ ਦੀ ਬੈਕ ਆਏਗੀ ਸ਼ਾਰਟ ਰਨਰ ਕਲੀ ਦੇ ਵਿੱਚ ਬਰਾਊਨ ਐਂਡ ਪੀਚ ਦਾ ਕਨਸੈਪਟ ਹੈ ਜਿਹੜਾ ਦੁਪੱਟਾ ਨਾਲ ਦੇ ਰਹਿਆ ਸੀ ਕੰਟਰਾਸਟ ਦਿੱਤਾ ਦੁਪੱਟਾ ਮੈਰੂਨਿਸ਼ ਕਲਰ ਦੇ ਵਿੱਚ ਦੁਪੱਟਾ ਨਾਲ ਆ ਦੇ ਲਓ ਜੀ ਐਕਸਕਲੂਸਿਵ ਕਲਰ ਮੈਚਿੰਗ ਸਾਰੀ ਇਹ ਟੱਕਾ ਫੜਣੀਗਾ ਇਹ ਨਾਲ ਦੁਪੱਟਾ ਹੀ ਇਹਦੇ ਕੰਟਰਾਸਟ ਬਲੈਕ ਕਿਸ਼ ਮੈਰੂਨ ਕਲਰ ਦੇ ਨਾਲ ਬਰਾਊਨ ਪੀਚ ਤੇ ਮੈਰੂਨ ਦਾ ਕੰਟਰਾਸਟ ਹੈ ਇਹਦਾ ਆਈਟਮ ਨੰਬਰ ਇਹ ਹੈ 11 ਜੀ ਪ੍ਰਾਈਸ ਇਹਦਾ ਪਵੇਗਾ 96110 9610 ਹੂੰ ਉਹ ਜਿੱਕਾ ਵੀ ਆਟਮ ਹੈ ਮੇਰੇ ਕੋਲ ਕਾਫੀ ਕਸਟਮਰ ਦੇ ਆਰਡਰ ਪੈਂਡਿੰਗ ਵੀ ਸੀਗੇ ਇਹਦੇ ਜੀ ਇਹ ਸਾਰੀ ਸ਼ੀਸ਼ੇ ਦੀ ਐਮਬਰਾਇਡਰੀ ਹੈ ਜੀ ਅਲੀ ओरिजिनल ਮੇਰੇ ਰੀਲਾਂ ਐ ਨਾ ਨੀਚੇ ਪੂਰਾ ਸਲਵਾਰ ਦੇ ਪਹੁੰਚੇ ਤੇ ਐਮਬਰਾਇਡਰੀ ਆਏਗੀ ਸਾਰੀ ਇਹ ਟੋਟਲ ਸਾਰਾ ਹੈਂਡਵਰਕ ਹੈ ਵਿੱਚ ਕੱਚੇ ਗੋਟੇ ਦੀ ਸੈਟਿੰਗ ਹੈ ਨਾਲ ਮਿਰਰ ਦੀ ਐਮਬਰਾਇਡਰੀ ਹੈ ਇੱਕ ਸਿੰਗਲ ਬੇਲ ਆਏਗੀ ਫਿਰ ਇਸ ਚ ਕੈਂਡਲ ਵਾਲੀ ਬੂਟੀ ਆਏਗੀ ਨਾਲ ਸਟਾਰ ਬੂਟੀ ਆਏਗੀ ਨਾਲ ਜੈਪੂਰੀ ਦੇ ਵਿੱਚ ਆ ਰਹੀਗੀ ਨਾ ਅਨਰਕਲੀ ਇਸ ਤਾਂ ਇਹ ਨੋਰਮਲ ਲੈਂਥ ਦੇ ਵਿੱਚ ਨਾਰਕਲੀ ਬਣਿਆ ਹੁੰਦਾ ਸਾਰਾ ਇਹ ਲਾ ਪੂਰੇ ਫਰੰਟ ਉੱਤੇ ਐਮਬਰਾਇਡਰੀ ਹੈ ਪੂਰਾ ਘੇਰੇ ਤੇ ਸਾਰੇ ਸ਼ੀਸ਼ੇ ਦੀ ਐਮਬਰਾਇਡਰੀ ਹੈ ਨਾਲ-ਨਾਲ ਗੋਟੇ ਦੀ ਸੈਟਿੰਗ ਹੈ ਜਿਹੜੀ ਕਲੀਆਂ ਹਨ ਕਿਉਂ ਸਾਰੀਆਂ ਸ਼ੀਸ਼ੇ ਨਾਲ ਕਵਰ ਕੀਤੀਆਂ ਹੋਈਆਂ ਨੇ نیچے ਪੂਰਾ ਬਾਰਡਰ ਸਾਰਾ ਇੱਥੇ ਕੈਂਡਲ ਸਾਈਡ ਦੁਪੱਟਾ 4 ਸਾਈਡ ਸੇਮ ਇਸ ਤਾਈਂ ਕੈਂਡਲ ਸਾਈਡ ਦੇ ਵਿੱਚ ਤੇ ਨਾਲ-ਨਾਲ 4 ਸਾਈਡ ਬਾਰਡਰ ਹੈ ਪਲੱਸ ਗੋਟੇ ਦੀ ਸੈਟਿੰਗ ਹੈ ਦਿਓ ਜੀ ਪ੍ਰਾਈਸ ਇਹ ਰੈਡੀ ਟੂ ਵੇਅਰ ਆਈਟਮ ਹੈ ਜੀ ਇਹ ਲਈ ਬਹੁਤ ਹੀ ਫਾਈਨ ਕਲੈਕਸ਼ਨ ਚੱਲੀ ਸਾਰੀ ਜੀ ਇਹ ਐਕਚੁਅਲੀ ਰਿਪੀਟ ਦੇ ਵਿੱਚ ਆਈ ਆਈਟਮ ਨੰ ਲੋ ਜੀ ਕਿਆ ਕਲੈਕਸ਼ਨ ਆਏਗੀ ਸਾਰੀ ਨੇਵੀ ਬਲੂ ਐਂਡ ਸਕਿਨ ਦੇ ਵਿੱਚ ਆਈਟਮ ਆਏਗੀ ਇਸ ਤਰ੍ਹਾਂ ਜਿਹੜੀ ਇਹ ਸਕਿਨ ਕਲਰ ਦੀ ਬ੍ਰਾਈਟਰੀ ਨੀਚੇ ਸਾਰੀ ਆਪਣਾ ਲੋਅਰ ਦੇ ਉੱਤੇ ਹੀ ਇਸ ਤਰ੍ਹਾਂ ਕਲੀਆਂ ਵਾਲਾ ਲੋਅਰ ਸ਼ਰਟ ਆਏਗੀ ਸਾਰੀ ਇਸ ਤਰ੍ਹਾਂ ਨਾਰਮਲ ਅਨਾਰ ਕਲੀ ਦੇ ਵਿੱਚ ਤਕਰੀਬਨ ਇਹਦੀ ਹੋਏਗੀ 44 ਦੇ ਆਸ-ਪਾਸ ਲੈਂਥ ਹੋਏਗੀ ਇਹਦੀ ਇਹ ਨੀਚੇ ਪੂਰਾ ਬਾਰਡਰ ਆ ਗਿਆ ਬ੍ਰਾਈਟਰੀ ਦਾ ਉੱਪਰ ਪੂਰੀ ਕਲੀਆਂ ਆ ਗਈਆਂ ਸਾਰੀਆਂ ਇਸ ਤਰ੍ਹਾਂ ਨੈਕ ਉੱਤੇ ਸਾਰਾ ਹੈਂਡਵਰਕ ਆਏਗਾ ਦਬਕੇ ਤਾਂ ਸੀਕੁਐਂਸ ਦਾ ਦੇ ਬੈਕ ਦੇ ਉੱਤੇ ਸੇਮ ਇਹਦਾ ਕਲੀਆਂ ਦੇ نیچے ਬਾਰਡਰ ਬਹੁਤ ਪ੍ਰੋਪਰ ਨੇਵੀ ਬਲੂ ਕਲਰ ਆਈ ਹੈ ਲਾ ਪਿਓਰ ਦੇ ਉੱਤੇ ਆਈ ਹੈ ਇਹ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਸੇਮ ਨਾਲ ਨੇਵੀ ਬਲੂ ਦੇ ਵਿੱਚ ਹੀ ਹੈ ਜੀ ਇਹਦਾ ਦੁਪੱਟਾ ਵੀ ਚਾਰੇ ਪਾਸੇ ਐਮਬਰਾਇਡਰੀ ਆਪਣਾ ਐਮਬਰਾਇਡਰੀ ਲੈਂਥ ਵਾਲੀ ਸਾਈਡ ਤੇ ਹੈਵੀ ਆਏਗੀ ਵਿੱਚ ਸਟਾਰ ਬੁੱਟੀ ਆਏਗੀ ਨੇਵੀ ਬਲੂ ਕਲਰ ਦੇ ਵਿੱਚ ਆਈਟਮ ਹੈ ਪ੍ਰਾਈਸ ਜੀ ਭਾਜੀ ਕੀ ਨਿਕਲਿਆ ਆਈਟਮ ਨੰਬਰ 13 ਜੀ ਪ੍ਰਾਈਸ ਪਏਗਾ 8100 ਰੁਪਏ ਸਿਰਫ ਜੀ 8100 ਬਲਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਜਗਦੀਸ਼ੀ ਸਤਿ ਸ੍ਰੀ ਅਕਾਲ ਜੀ ਸਪਨਾ ਜੀ ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਹੌਲਾ ਜੀ ਸਤਿ ਸ੍ਰੀ ਅਕਾਲ ਰਬੜੀ ਜੀ ਸਤਿ ਸ੍ਰੀ ਅਕਾਲ ਲੋ ਜੀ ਕੈ ਸ਼ਰਾਰੇ ਦੇ ਵਿੱਚ ਇਹ ਕਨਸੈਪਟ ਆਇਆ ਐਂਟੀਕ ਕਲਰ ਦੇ ਵਿੱਚ ਆਈਟਮ ਆਈ ਜੀ ਅਲੀ ਪੀਚ ਕਲਰ ਹੈ ਬਹੁਤ ਸੋਹਣਾ ਕਲਰ ਹੈ ਪੀਚ ਵਾਲਾ ਸੇਮ ਕਲਰ ਦੀ ਐਮਬਰਾਇਡਰੀ ਉੱਤੇ ਨੀਚੇ ਰੇਸ਼ਮ ਦੇ ਨਾਲ ਆ ਦੇਖੋ ਸਾਰਾ ਨੀਚੇ ਬਾਰਡਰ ਹੈ ਸਟਾਰ ਬੁੱਟੀ ਆਏਗੀ ਪੂਰੀ ਉੱਪਰ ਇਹਦੇ ਵਿੱਚ ਅਪ ਟੂ ਨੀਸ ਤੱਕ ਪਨਾ ਕੰਮ ਆਏਗਾ ਰੇ ਇਹ ਸ਼ਰਟ ਵੀ ਬਹੁਤ ਸੋਹਣੀ ਹੈ ਜੀ ਇਹ ਸਾਰਾ オリジナル ਮਟੀਰੀਅਲ ਲੱਗੇ ਜਰਾ ਇਹਨੂੰ ਬੋਲਦੇ ਨੇ ਫਾਇਲ ਦੂਰੋ ਲੁੱਕ ਲੱਗੇ ਕਿ ਤੁਹਾਨੂੰ ਜਿਹੜਾ ਮੁਕੈਸ਼ ਦੀ ਐਮਬ੍ਰੋਇਡਰੀ ਕੀਤੀ ਹੁੰਦੀ ਹੈ ਇਹ ਕਲਾ ਕੰਮ ਲੁਕ ਗਿਆ ਇਹ ਸਾਰੇ ਕਲੀਆਂ ਦੇ ਵਿੱਚ ਐਮਬ੍ਰੋਇਡਰੀ ਆਏਗੀ ਇਹਦੇ ਫਰੰਟ ਵੀ ਸੇਮ ਹੈ ਔਰ ਬੈਕ ਵੀ ਸੇਮ ਆਏਗੀ ਰਿਸਤਾ ਸਾਰੀਆਂ ਕਲੀਆਂ ਔਰ ਨੈਕ ਉੱਤੇ ਟੋਟਲ ਹੈਂਡਵਰਕ ਦਾ ਦਬਕੇ ਦਾ ਦੇਖੋ ਜਰਾ ਪਿਓਰ ਦਬਕੇ ਦੀ ਐਮਬ੍ਰੋਇਡਰੀ ਹੈ ਪੀਚ ਐਂਡ 골ਡ ਕਲਰ ਦੇ ਵਿੱਚ ਹੈ ਦੁਪੱਟਾ ਨਾਲ ਦੇ ਰਿਹਾ ਕੰਟਰਾਸਟ ਦੇ ਨਾਲ ਬਹੁਤ ਐਕਸਕਲੂਸਿਵ ਦੁਪੱਟਾ ਪਿਓਰ ਦੇ ਵਿੱਚ ਹੈ ਇਹਦਾ ਨਾਲ ਪਿਓਰ ਦਾ ਦੁਪੱਟਾ ਮੈਰੂਨ ਕਲਰ ਦੇ ਵਿੱਚ ਇਹ ਲੋਕਾਏ ਕੀ ਪੂਰੇ ਆਰਟੀਕਲ ਦੀ ਮੈਰੂਨ ਦੇ ਨਾਲ ਪੀਚ ਦਾ ਕੰਟਰਾਸਟ ਹੈ ਇਹਦਾ ਆਈਟਮ ਨੰਬਰ ਦਿਓ ਬਟਾ ਕੀ ਹੈ 14 ਨੰਬਰ ਆਈਟਮ ਹੈ ਪ੍ਰਾਈਸ ਪਏਗਾ 9000 ਰੁਪਏ ਦਾ ਸਿਰਫ ਜੀ ਇਹ ਵੀ ਰੈਡੀ ਟੂ ਵੇਅ ਆਈਟਮ ਹੈ ਬਹੁਤ ਐਕਸਕਲੂਸਿਵ ਪੀਸ ਤੁਹਾਨੂੰ ਦਿਖਾ ਰਿਹਾ ਸਾਰੇ ਇਹਲੇ ਰਪਨੀਤ ਜੀ ਸਤਿ ਸ਼ਕਾਲ ਜੀ ਪਰਮ ਜੀ ਜੀ ਸਤਿ ਸ਼ਕਾਲ ਜੀ हां जी मोनिका <laughs> जी सस् नमस्कार जी रंजीत कौर जी सस् नमस्कार अलका शर्मा <coughs> जी सस् नमस्कार ਲੋ ਜੀ ਕਾ ਚੀਜ਼ ਆਈ ਕਿ ਗਰਾਰੇ ਦੇ ਵਿੱਚ ਆਈਟਮ ਹੈ ਵੀ ਇਸ ਤਰ੍ਹਾਂ ਇਹਦੇ ਨੀਚੇ ਪੂਰੀ ਗੋਟੇ ਦਾ ਕੰਮ ਆਏਗਾ ਲੈਦਰ ਦੇ ਨਾਲ ਸਾਰਾ ਇਸ ਤਰ੍ਹਾਂ ਇਹ ਗੋਟੇ ਦਾ ਕੰਮ ਆਏਗਾ ਨਾ ਲੈਦਰ ਦੀ ਐਮਬਰਾਇਡਰੀ ਆਏਗੀ ਇਹਦੇ ਉੱਪਰ ਸਟਾਰ ਬੂਟੀ ਆਏਗੀ ਸਾਰੀ ਇਸ ਤਰ੍ਹਾਂ ਜੀ ਤੇ ਨਾਲ ਇਹਦੇ ਸ਼ਰਟ ਆਏਗੀ ਇਸ ਤਰ੍ਹਾਂ ਖੁੱਲ੍ਹ ਬੜਾ ਸ਼ਰਟ ਖੁੱਲ੍ਹ ਜਿਹਾ ਬਿਲਕੁਲ ਨਵਾਂ ਆਰਟੀਕਲ ਆਇਆ ਲਾ ਪਿਓਰ ਕੱਚੇ ਗੋਟੇ ਦਾ ਕੰਮ ਹੈ ਪੈਪਲਮ ਆਏਗਾ ਇਹ ਲਾ ਨੀਚੇ ਪਹਿਲਾਂ ਬਾਰਡਰ ਆ ਗਿਆ ਤੇ ਉਹਦੇ ਉੱਪਰ ਪੂਰਾ ਜਾਲ ਆਏਗਾ ਫਰੋਦ ਇਹ ਪਰ ਇਸਟਾਰ ਬੁੱਟੀ ਆਏਗੀ ਬਾਡੀ ਉੱਪਰ ਸਾਰੀ ਫੁੱਲ ਬਾਜ਼ੂ ਦੁਬੱਟਾ ਦਾ ਉਹ ਪਾਜੇ ਦਾ ਖੁਰਕੇ ਪਿਓਰ ਚਨੌਨ ਸ਼ਿਫੋਂ ਦੇ ਉੱਤੇ ਆਈਟਮ ਹੈ ਇਹਦੇ ਸ਼ਰਟ ਦਾ ਫਰੰਟ ਵੀ ਹੈ ਔਰ ਬੈਕ ਉੱਤੇ ਬਾਰਡਰ ਆਏਗਾ ਸਾਰਾ ਲਓ ਜੀ ਦੁਬੱਟਾ 4 ਸਾਈਡ ਦੇ ਵਿੱਚ ਐਮਬਰਾਇਡਰੀ ਹੈ ਪਿਓਰ ਚਨੌਨ ਸ਼ਿਫੋਂ ਦੀ ਆਈਟਮ ਹੈ ਸੀ ਗ੍ਰੀਨ ਕਲਰ ਆਈ ਹੈ ਇਹਦਾ ਇਹ ਵੀ ਆਈਟਮ ਰੈਡੀ ਟੂ ਵੇਅਰ ਆਂਦੀ ਹੈ ਬਾਕੀ ਅਲਟਰੇਸ਼ਨ ਵਾੜੀ ਮੋਟੀ ਹੋ ਜਾਂਦੀ ਹੈ ਆਈਟਮ ਨੰਬਰ 15 ਪ੍ਰਾਈਸ ਪਵੇਗਾ 58550 ਜੀ 5850 ਪਰਮਜੀਤ ਜੀ ਸਤਿ ਸ਼ਕਾਲ ਜੀ ਮੌਨਿਕਾ ਜੀ ਸਤਿ ਸ਼ਕਾਲ ਜੀ ਬਨੀਤਾ ਜੀ ਸਤਿ ਸ਼ਕਾਲ ਜੀ ਨਗਮਾ ਜੀ ਸਤਿ ਸ਼ਕਾਲ ਲੋ ਜੀਰਾ ਨੈਕਸਟ ਆਰਟੀਕਲ ਆਏਗਾ ਉਹ ਕਾਪਰ ਕਲਰ ਦੇ ਵਿੱਚ ਆਈਟਮ ਆਈ ਹੈ ਕੰਟਰਾਸਟ ਇਹ ਆਈਟਮ ਸਾਡੇ ਕੋਲੇ ਬਹੁਤ ਅੱਛੀ ਸੇਲ ਹੋ ਰਹੀ ਹੈ ਹਰ ਵਾਰ ਕੰਟਰਾਸਟ ਚੇਂਜ ਹੋ ਕੇ ਆਉਂਦੇ ਨੇ ਇਹਦੇ ਵਿੱਚ ਇਹ ਸਾਰੀ ਐਮਬਰਾਇਡਰੀ ਆ ਨੀਚੇ ਪੈਰਾ ਬਾਰਡਰ ਆਏਗਾ ਘੇਰੇ ਉੱਤੇ ਸਾਰੇ ਇਸ ਤਰ੍ਹਾਂ ਦੇ ਵਿੱਚ ਉਹਦੇ ਉੱਪਰ ਸੇਮ ਇਦਾਂ ਹੀ ਬਾਰਡਰ ਲੰਗਾ ਲਾਈਨਾਂ ਦੇ ਵਿੱਚ ਨਾਲ-ਨਾਲ ਸਟਾਰ ਬੂਟੀ ਆਏਗੀ ਸਾਰਾ ਸ਼ੀਸ਼ੇ ਦਾ ਕੰਮ ਆਏਗਾ ਇਸ ਤਰ੍ਹਾਂ ਇਹ ਨਾਲੇ ਦੀ ਸ਼ਰਟ ਆਏਗੀ ਇਸ ਤਰ੍ਹਾਂ ਸੇਮ ਦੇ ਵਿੱਚ embroidery ਵਾਲੀ ਸ਼ਰਟ ਸੇਮ ਕਲਰ ਦੀ ਕੋਪਰ ਸਪੀਚ ਕਲਰ ਉੱਪਰ ਲਾਈਨਾਂ نیچے ਬਾਰਡਰ neck ਉੱਤੇ ਹੈਵੀ embroidery ਫੁੱਲ ਬਾਜ਼ੂ ਆ ਦੇਖੋ ਸਾਰੀ neck ਤੇ embroidery ਹੈ ਇਹ ਬਾਜ਼ੂ ਤੇ embroidery ਹੈ ਮੋ ਜੀ ਇਹ ਸਾਰੀ ਸਕੈਲਪਿੰਗ embroidery ਹੁਣ ਭਾਈ ਦੋ ਦਵੱਟਾ ਆ ਰਿਹਾ ਜਰਾ ਇਹ ਦਵੱਟੇ ਦੇ ਪੂਰੀ ਫੋਰ ਸਾਈਡ embroidery ਹੈ ਸਕੈਲਪਿੰਗ ਹੈ ਨਾਲ ਨਾਲ ਬੂਟੀ ਹੈ ਆ ਲੋ ਕਾਈ ਕੀ ਪੂਰੇ ਆਰਟੀਕਲ ਦੀ ਆਈਟਮ ਨੰਬਰ 16 ਜੀ ਪ੍ਰਾਈਸ ਪੈਗਾ ਇਹਦਾ 7200 ਰੁਪਏ ਜੀ 7200 ਬਹੁਤ ਐਕਸਕਲੂਸਿਵ ਚੀਜ਼ਾਂ ਚੱਲ ਰਹੀਆਂ ਸਾਰੀਆਂ ਚੱਲੀਆਂ ਜੜੀਆਂ ਨੈਕ ਚਲੋ ਜੀ ਲੋ ਜੀ ਕਿਹ ਚ ਆ ਗਈ ਵਾਈਨ ਮੈਰੂਨ ਕਲਰ ਦੇ ਵਿੱਚ ਆਈਟਮ ਹੈਗੀ ਇਹ ਵੀ ਸ਼ਰਾਰਾ ਆਇਆਗਾ ਸਾਰਾ ਕਲੀਆਂ ਵਾਲਾ ਇਹਦੇ ਚ ਇੱਕ ਤਾਸਤਾ ਜ਼ਿਗਜ਼ੈਗ ਇੰਬਰਾਇਡਰੀ ਆ ਗਈ ਸਾਰੀਆਂ ਕਲੀਆਂ ਦੇ ਵਿੱਚ ਹੈ ਇਹ ਇੱਕ ਕਲੀਆ ਆ ਗਈ ਫਿਰ ਦੂਜੀ ਕਲੀਆ ਆ ਗਈ نیچے ਪੂਰਾ ਬਾਰਡਰ ਆ ਗਿਆ ਕੰਟਰਾਸਟ ਕਾਜਰੀ ਕਲਰ ਦਾ ਮੈਰੂਨ ਇੰਟੂ ਕਾਜਰੀ ਦੇ ਵਿੱਚ ਇੰਬਰਾਇਡਰੀ ਹੈ ਪੂਰਾ ਲੋਰ ਦੇ ਉੱਤੇ ਇੰਬਰਾਇਡਰੀ ਫਰੰਟ ਤੇ ਵੀ ਬੈਕ ਤੇ ਵੀ ਰੇਸ਼ਮ ਦਾ ਕੰਮ ਹੈ ਨਾਲ-ਨਾਲ ਜ਼ੀਰੋ ਨੰਬਰ ਦੀ ਸੀਕਵੈਂਸ ਹੈ ਨਾਲ ਇਹਦੇ ਸੇਮ ਇਸ ਤਾਈਂ ਅੱਜ ਜਿਹੜੇ ਤੁਹਾਨੂੰ ਹਾਇਰ ਤਕਰੀਬਨ ਸਾਰੇ ਹੈ ਸ਼ਾਰਟ ਅਨਰਕਲੀ ਦੇ ਵਿੱਚ ਜਟਮਾਈਆਂ ਸਾਰੀਆਂ ਜਿਹੜੀਆਂ ਆ ਦੇਖੋ ਪੂਰੇ ਟ ਇੰਬ੍ਰਾਇਡਰਡ ਸ਼ਰਟ ਇਹਦੇ ਉੱਪਰ ਸਲਕੁਲ ਧਬਕੇ ਦਾ ਕੰਮ ਹੈ ਜਿਹੜੇ نیچے ਕਰਵਾਇਆ ਧਬਕਾ ਕੰਮ ਹਾਂ نیچے ਕਰਕੇ ਆ ਦੇਖੋ ਸਾਰਾ ਪਿਓਰ オリジナル ਧਬਕੇ ਦਾ ਕੰਮ ਹੈ ਐਂਟੀਕ ਦਾ ਨਾਲ ਨਾਲ ਰੇਸ਼ਮ ਦਾ ਗਾਜ਼ਰੀ ਹੈ ਨਾਲ ਨਾਲ ਪੋਲ ਮੋਤੀ ਹੈ ਨਾਲ ਪਿਓਰ ਜ਼ਰਕਨ ਹੈ ਕਿੰਝ ਚੱਬੀ ਆ ਲੋ ਕਾਇਕੀ ਪੂਰੇ ਆਰਟੀਕਲ ਦੀ ਫਰੰਟ ਆਏਗੀ ਔਰ ਸੇਮ ਇਹਦੇ ਬੈਕ ਤੇ ਵੀ ਐਂਬ੍ਰਾਇਡਰੀ ਐਜ਼ ਇਟ ਸੇਮ ਆਏਗੀ ਦੁਪੱਟਾ ਮਰੂਨ ਵਾਈਨ ਦਾ ਚਾਰੇ ਪਾਸੇ ਦੁਪੱਟੇ ਤੇ ਗਾਜ਼ਰੀ ਕਲਰ ਦੀ ਸੇਮ ਪੇਸਟਿੰਗ ਦੇ ਕੇ ਐਂਬ੍ਰਾਇਡਰੀ ਹੈ ਪ੍ਰਾਈਸ ਜੋ ਕੀ ਨਿਕਲੇਗਾ ਜੀ ਆਈਟਮ ਨੰਬਰ 17 ਪ੍ਰਾਈਸ ਇਹਦਾ ਪਾਏਗਾ 8400 ਲੋ ਜੀ ਕਿਹ ਕੇ ਸਟੇਟ এমਬਰਾਇਡਰੀ ਰੇਸ਼ਮ ਦਾ ਕੰਮ ਆਇਆ ਸਾਰਾ ਇਹਦਾ ਸਟੇਟ ਸ਼ਟ ਆਏਗੀ ਚੀਜ਼ ਬਹੁਤ ਸੋਹਣੀ ਹੈ ਜੀ ਸੈਮੀ ਸਿਚ ਦੇ ਵਿੱਚ ਆਇਟਮ ਆਇਆ ਇਹ ਨੀਚੇ ਪੂਰਾ ਇਸ ਤਰ੍ਹਾਂ ਲੋਰ ਦੇ ਉੱਤੇ এমਬਰਾਇਡਰੀ ਆਏਗੀ ਸਾਰਾ ਇਹਦਾ ਪਲਾਜ਼ੋ ਆਏਗਾ ਕਲੀਆਂ ਵਾਲਾ ਇਹਦੇ ਨੀਚੇ ਪੂਰਾ ਸੀਕੁਐਂਸ ਦਾ ਬਾਰਡਰ ਹੈ ਉਦੇ ਪਰੇਸ਼ਮ ਦੀ এমਬਰਾਇਡਰੀ ਹੈ ਨੰਨਾ ਨੰ ਸੀਕਵੈਂਸ ਦੇ ਨੰਨਾ ਰੇਸ਼ਮ ਦੀ ਬੂਟੀ आएगी ਕਲੀਆਂ ਦੇ ਵਿੱਚ ਪਲਾਜ਼ੋ ਸਾਰਾ ਹੀ ਇਹ ਇਹ ਸਾਰਾ ਪਲਾਜ਼ੋ ਤੇ এমਬਰਾਇਡਰੀ आएगी येलो ਕਲਰ ਦੇ ਵਿੱਚ ਸ਼ਰਟ ਖੁੱਲੋ ਭਾਜੀ ਸ਼ਰਟ ਦੇ ਉੱਤੇ ਪੂਰੀ এমਬਰਾਇਡਰੀ نیچے ਪਹਿਲਾਂ ਬਾਰਡਰ ਆਏਗਾ ਹਸਤਾਈ ਇਹਦੇ ਵਿੱਚ ਉਹਦੇ ਉੱਪਰ ਲਾਈਨਾਂ এমਬਰਾਇਡਰੀ आएगी ਫਿਰ ਨੈੱਕ ਉੱਤੇ ਹਸਤਾ ਸਟੇਟ ਨੈੱਕ ਆਏਗਾ ਸਾਰਾ ਹੈਂਡਵਰਕ ਹੈ نیچے ਮਲਟੀ ਹੈਡ ਦਾ ਕੰਮ ਹੈ ਕੜਦਾਨੇ ਦਾ ਕੰਮ ਹੈ ਰੇਸ਼ਮ ਦਾ ਕੰਮ ਹੈ ਆਲੋਕ ਕਾਇਕੀ ਪੂਰੇ ਕਨਸੈਪਟ ਦੀ ਤੇ ਨਾਲ ਦੁਪੱਟਾ ਆਏਗਾ ਬਹੁਤ ਪਿਆਰਾ ਚਰਨਚਪੋਲਾ ਦੁਪੱਟਾ ਉਹਦੇ ਫੋਰ ਸਾਈਡ এমਬਰਾਇਡਰੀ ਹੈ ਵਿੱਚ ਸਟਾਰ ਬੂਟੇ ਬਨੇ ਨੇ ਇਹ ਵੀ ਆਲਮੋਸਟ ਰੈਡੀ ਟੂ ਵੇਅਰ ਹੁੰਦਾ ਬਾਕੀ ਸ਼ਰਟ ਹੈ ਸੈਮੀ ਸਟਿਚਡ ਜਿਹੜੀ ਆਈਟਮ ਨੰਬਰ ਇਹ 18 ਦੀ ਪ੍ਰਾਈਸ ਇਹਦਾ ਪਾਏਗਾ 5700 ਰੁਪਏ ਜੀ ਸਰ ਲੈ ਚੋ ਜੀ ਕੋਲ ਲਗੜਾ ਵੀ ਜਾਈ ਲੋ ਜੀ ਤੁਹਾਨੂੰ ਹੁਣ ਦੋ ਪੀ ਸਾਰੇ ਆ ਪ੍ਰਿੰਟਿੰਗ ਦੇ ਵਿੱਚ ਆਈਟਮ ਆਈ ਹੈ ਇਹ ਇਹ ਸਭ ਸੱਚੀ ਕਨਸੈਪਟ ਹੈ ਪਿਓਰ ਡਿਸ਼ੀਨ ਦੇ ਉੱਤੇ ਪ੍ਰਿੰਟਿੰਗ ਹੈ ਜਿਹੜੀ ਜਿਹੜਾ ਵੀ ਸਾ ਇਹ ਪੀਚ ਕਲਰ ਦੇ ਉੱਤੇ ਬਲੈਕ ਐਮਬਰਾਇਡਰੀ ਹੈ ਇੱਕ ਪੀਸਾ ਨੂੰ ਐ ਦਿਖਾਰਾਇਆ ਇਸ ਤਰ੍ਹਾਂ ਹੌਟ ਪਿੰਕ ਕਲਰ ਦੇ ਵਿੱਚ ਆਈਟਮ ਆਈਏ ਇਸ ਤਰ੍ਹਾਂ ਇਹ ਸਾਰਾ نیچے ਪਿਓਰ ਦੇ ਚਰੌਂਕ ਪਨਾ ਪਿਓਰ ਕ੍ਰੇਪ ਦੇ ਉੱਤੇ ਬਣੇਗਾ ਸਾਰਾ ਇਸ ਤਰ੍ਹਾਂ ਇਹ ਇੱਕ ਗਰਾਰਾ ਆਏਗਾ ਸਾਰਾ ਇਹਦੇ نیچے ਪਰ ਦੀ ਲੇਸ ਆਏਗੀ ਨਾਲੇ ਤੇ ਸ਼ਰਟ ਆਏਗੀ ਇਸ ਤਰ੍ਹਾਂ ਪੈਪਲਮ ਦੇ ਵਿੱਚ ਇਸ ਦਾ ਸਟਮਿਕ ਨੂੰ نیچے ਪੂਰੀਆਂ ਦੀਆਂ ਕਲੀਆਂ ਨੇ ਇਸ ਤਰ੍ਹਾਂ ਦੇ ਵਿੱਚ نیچے ਬਾਰਡਰ ਪਰ ਦੀ ਲੇਸ ਆਏਗੀ ਉੱਪਰ ਪ੍ਰਿੰਟਿੰਗ ਦੇ ਸਾਰਾ ਜਿੰਨਾ ਵੀ ਤੁਸੀਂ ਪ੍ਰਿੰਟਿੰਗ ਦੇਖ ਰਹੇ ਹੋ ਤੇ ਸਾਰਾ ਟੋਟਲ ਕੁੰਦਨ ਦੀ ਐਮਬਰਾਇਡਰੀ ਆਏਗੀ ਸਾਰੀ ਇਸ ਤੋਂ ਨਾਲ ਨੈਟਿੰਗ ਦੀ ਚੁੰਨੀ ਆ ਲੁੱਕ ਆਏਗੀ ਪੂਰੇ ਆਰਟੀਕਲ ਦੀ ਰੈਡੀ ਟੂ ਵੇਅਰ ਆਈਟਮ ਹੈ ਜਿਓ ਜੀ ਪ੍ਰਾਈਸ ਕਿੰਨੀ ਨਿਕਲੇ ਆ ਇਹਦਾ ਅਕਤੀ ਆਈਟਮ ਪਹਿਲਾਂ ਨਿਕਲੀ ਸੀ ਇਹ ਤਕਰੀਬਨ 8.5-9000 ਦੇ ਆਸ-ਪਾਸ ਹੁਣ ਆਈਟਮ ਨਿਕਲੀ ਸਿਰਫ 5700 ਰੁਪਏ ਰੇਟ 'ਤੇ ਨਿਕਲੇ ਰਹੀ ਆਈਟਮ ਨੰਬਰ 19 ਹੀ ਪ੍ਰਾਈਸ ਪਵੇਗਾ 5700 ਜਿਹੜਾ ਸੈਕੰਡ ਆਰਟੀਕਲ ਆਇਆ ਉਹ ਪੀਚ ਇੰਟੂ ਬਲੈਕ ਆ ਇਹਦੇ ਵਿੱਚ ਬਹੁਤ ਸੁਪਰ ਆਈਟਮ ਹੈ ਦੇਖੋ ਡਿਜੀਟਲ ਪ੍ਰਿੰਟਰ ਸਾਰਾ ਇਹਦਾ neck ਉੱਤੇ ਸਾਰਾ V shape embroidery ਦਿੱਤੀ ਹੈ ਫਿਰ ਇੱਕ neck ਉੱਤੇ rounding ਦੇ ਵਿੱਚ ਆ ਗਿਆ ਔਰ ਉੱਪਰ ਸਾਰੀ ਕੁੰਦਨ ਦੀ ਵਰਾਈਟਰੀ ਹੈ ਸਤਮਿਕ ਤੋਂ نیچے ਪੂਰੀਆ ਫਲੇਅਰ ਆਏਗਾ ਸਾਰਾ ਇਹਦੇ ਵਿੱਚ نیچے ਬਾਰਡਰ ਇਸ ਦਾ ਪਰਲ ਦੀ ਲੇਸ ਇਸ ਤਾਂ ਹੀ ਬਲੈਕ ਕਲਰ ਦਾ نیچے ਲੋਰ ਆਏਗਾ ਫੁੱਲੀ ਸਟਿਚ ਕਨਸੈਪਟ ਹੈ ਪਿਓਰ ਕ੍ਰੇ ਦੇ ਉੱਤੇ ਨੈਟ ਦੇ ਦੁਪੱਟੇ ਨਾਲ ਜੀ ਦੋਨੇ ਆਰਟੀਕਲ ਦੋਨੇ ਬਹੁਤ ਸੋਹਣੇ ਨੇ ਜੀ ਇਹਦੇ ਪ੍ਰਾਈਸ ਦੇ ਬੇਟਾ ਕੀ ਨਿਕਲੇਗਾ ਜੀ ਆਈਟਮ ਨੰਬਰ ਇਹ 20 ਹੈ ਜੀ ਪ੍ਰਾਈਸ ਪਏਗਾ 5700 ਲੋ ਜੀ ਇਹ ਮੈਂ ਤੁਹਾਨੂੰ ਦਿਖਾਇਆ तकरीबन 20 ਪੀਸ ਦੇ ਸੀਗੇ ਬਿਲਕੁਲ ਡਿਫਰੈਂਟ ਆਰਟੀਕਲ ਨੰਬਰ ਤੁਸੀਂ ਉੱਪਰ ਹੀ ਫੇਰ ਨੋਟ ਕਰ ਲਓ ਜੀ ਇਹ ਤਿੰਨ ਨੰਬਰ ਨਾਲ ਸਟੋਰ ਦੇ ਤਿੰਨਾਂ ਨੰਬਰਾਂ ਤੇ WhatsApp ਕਰਦਾ ਤੁਹਾਨੂੰ ਜੋ-ਜੋ ਚੰਗਾ ਲੱਗਦਾ ਤੁਸੀਂ ਪਿਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ